ਸਤਿ ਸ਼੍ਰੀ ਅਕਾਲ ਦੋਸਤੋ ਸਾਰਾ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਦੀਪ ਸਿੱਧੂ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਵਿੱਚ ਵਿਚਕਾਰ ਵੱਡੀ ਜੰਗ ਛਿੜ ਗਈ ਹੈ ਦੀਪ ਸਿੱਧੂ ਨੇ ਅਹਿਮ ਕੁਲਾਸੇ ਕੀਤੇ ਨੇ ਦੋਸ਼ ਲਾਏ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਚੁੱਕੀ ਹੈ ਪੂਰੀ ਖਬਰ ਤੁਹਾਨੂੰ ਦੱਸਦੇ ਆਂ ਸੋ ਬੇਨਤੀ ਹੈ ਕਿ ਖਬਰ ਨੂੰ ਲਾਸਟ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ ਜਿੱਥੇ ਕਿਸਾਨੀ ਸੰਘਰਸ਼ ਵਿੱਚ ਬਣਦਾ ਯੋਗਦਾਨ ਦਿੱਤਾ ਗਿਆ ਉੱਥੇ ਹੀ 26 ਜਨਵਰੀ ਦੀ ਘਟਨਾ ਨੂੰ ਲੈ ਕੇ ਹਿਰਾਸਤ ਵਿੱਚ ਲਿਆ ਗਿਆ ਸੀ ਸੋ ਜੋ ਪਿਛਲੇ ਦਿਨੋਂ ਜ਼ਮਾਨਤ ਤੇ ਰਿਹਾ ਹੋ ਕੇ ਬਾਹਰ ਆਏ ਸਨ ਤੇ ਮੋੜ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋ ਗਏ ਸਨ ਹੁਣ ਦੀਪ ਸਿੱਧੂ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਉੱਤੇ ਪੇਚਾ ਪੈ ਗਿਆ ਹੈ ਤੇ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਇਲਜ਼ਾਮ ਲਾਇਆ ਗਿਆ ਹੈ ਕਿ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਸ਼੍ਰੀ ਗੁਰੂ ਗ੍ਰਾਂ ਸਾਹਿਬ ਜੀ ਨੂੰ ਕਿਤਾਬ ਦੱਸਿਆ ਗਿਆ ਉਹਨਾਂ ਵੱਲੋਂ ਇਸ ਲਗਾਏ ਗਏ ਇਲਜ਼ਾਮ ਨੂੰ ਸਿਰੇ ਤੋਂ ਖਾਰਜ ਕਰਦੇ ਆ ਪਾਈ ਰਣਜੀਤ ਸਿੰਘ ਟਡਰੀਆ ਵਾਲਿਆਂ ਨੇ ਕਿਹਾ ਕਿ ਉਹਨਾਂ ਵੱਲੋਂ ਕਦੇ ਵੀ ਅਜੀਹਾ ਨਹੀਂ ਆਖਿਆ ਗਿਆ ਉਹਨਾਂ ਕਿਹਾ ਕਿ ਦੀਪ ਸਿੱਧੂ ਵੱਲੋਂ ਜੋ ਇਲਜ਼ਾਮ ਮੇਰੇ ਤੇ ਲਾਇਆ ਗਿਆ ਹੈ ਉਹ ਸਿਰੇ ਤੋਂ ਖਾਰਜ ਕਰਦੇ ਹਨ ਉਹਨਾਂ ਕਿਹਾ ਕਿ ਲੋਕ ਇਸ ਸਿਰਫਰੇ ਬੰਦੇ ਦੀਪ ਸਿੱਧੂ ਦੀਆਂ ਗੱਲਾਂ ਉੱਪਰ ਵਿਸ਼ਵਾਸ ਨਾ ਕਰਨ ਜੇ ਵਿਸ਼ਵਾਸ ਕਰਨਗੇ ਤਾਂ ਉਹ ਮੈਨੂੰ ਜਾਣ ਤੋਂ ਮਾਰਨ ਤੱਕ ਚਲੇ ਜਾਣਗੇ ਉਹਨਾਂ ਕਹੇ ਕਿ ਦੀਪਸਿੱਧੂ ਉਹ ਸਖਸ਼ ਹੈ ਜਿਸ ਕਾਰਨ ਕਿਸਾਨੀ ਅੰਦੋਲਨ ਤੈਸਨੈਸ਼ ਹੁੰਦਾ ਦੇ ਨਜ਼ਦੀਕ ਆ ਗਿਆ ਸੀ ਤੈਸਨੈਸ਼ ਹੁੰਦਾ ਨਜ਼ਰ ਆਇਆ ਸੀ ਤੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਕਹੇ ਕਿ ਦੀਪਸਿੱਧੂ ਮੇਰੇ ਪਿਛਲੇ ਸਾਲ 2020 ਦੇ ਸਾਰੇ ਪ੍ਰੋਗਰਾਮ ਸੁਣ ਸਕਦੇ ਨੇ ਮੈਂ ਦਾਵਾ ਕਰਦਾ ਹਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਦੀ ਨੇੜ ਤਾਂ ਹੋਰ ਵਾਜ ਜਾਵੇਗੀ ਲੋਕ ਇਹ ਕਹਿੰਦੇ ਹਨ ਕਿ ਮੈਂ ਸਿੱਖ ਧਰਮ ਦਾ ਖਿਲਾਫ ਕਰਦਾ ਹਾਂ ਉਹਨਾਂ ਦੀਪ ਸਿੱਧੂ ਨੂੰ ਚੈਲੰਜ ਕੀਤਾ ਕਿ ਉਹ ਇਸ ਗੱਲ ਦਾ ਪ੍ਰੂਫ ਦੇ ਦੇਣ ਜਿਸ ਵੀਡੀਓ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਆਖਿਆ ਸੋ ਇਹ ਵੱਡੇ ਇਲਜ਼ਾਮ ਹੈ ਦੀਪ ਸਿੱਧੂ ਵੱਲੋਂ ਬਾਬਾ ਰਣਜੀਤ ਸਿੰਘ ਟਡਰੀਆਂ ਵਾਲੇ ਤੇ ਲਾਏ ਜਾ ਰਹੇ ਨੇ ਉਧਰੋਂ ਹੀ ਟਡਰੀਆਂ ਵਾਲੇ ਨੇ ਵੱਡੇ ਇਲਜ਼ਾਮ ਦੀਪ ਸਿੱਧੂ ਤੇ ਲਾਏ ਨੇ ਕਿ ਦੀਪ ਸਿੱਧੂ ਉਹੀ ਸ਼ਖਸ਼ ਹੈ ਜਿਹਨੇ 26 ਜਨਵਰੀ ਨੂੰ ਸਾਰਾ ਵਿਗਾੜ ਪਾਇਆ ਜਿਹਦੇ ਕਰਕੇ ਦੀਪਸਿੱਧੂ ਨੂੰ ਅਦਾਲਤ ਨੇ ਹੁਣ ਜ਼ਮਾਨਤ ਦਿੱਤੀ ਹੈ ਕਾਫੀ ਟਾਈਮ ਜੇਲ੍ਹ ਕੱਟ ਕੇ ਆਏ ਨੇ ਤੇ ਜਿਹੜਾ ਅਨਕਿਸਾਨੀ ਅੰਦੋਲਨ ਆਉਤਾ ਹੈ ਇਸ ਨੇ ਸੌਂਦੇ ਨੇੜੇ ਆ ਗਿਆ ਸੀਗਾ ਹੁਣ ਇਸ ਗੱਲ ਦੀ ਪੁਸ਼ਟੀ ਕੀ ਹੁੰਦੀ ਹੈ ਇਸ ਗੱਲ ਦਾ ਨਿਚੋੜ ਕੀ ਨਿਕਲਦਾ ਹੈ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਲਗਾਤਾਰ ਇਸ ਗੱਲ ਤੇ ਨਜ਼ਰ ਬਣਾਏ ਹੋਇਆ ਹੈ ਸਾਡਾ ਟੀਵੀ ਯੂਐਸਏ ਤੇ ਇਸ ਗੱਲ ਦਾ ਨਿਚੋੜ ਤੁਹਾਡੇ ਸਾਹਮਣੇ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਤ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ